ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ। ਅਸਲਾਮ ਵਾਲੇਕੁਮ, ਜੈ ਸ਼੍ਰੀ ਕ੍ਰਿਸ਼ਨਾ, ਰਾਧੇ ਰਾਧੇ, ਬੰਮ ਬੰਮ ਬੋਲੇ। ਹਾਂਜੀ, ਅੱਜ ਮੈਂ ਵੀਡੀਓ ਦੇਖੀ ਕਿ ਫਾਸਟ ਟਰੈਕ ਐਡਵਾਈਜ਼ਰ, ਉਹ ਆਈ ਡੋਂਟ ਨੋ ਕਿ ਉਹ ਕੌਣ ਨੇ, ਮੈਂ ਨਹੀਂ ਜਾਣਦੀ, ਪਰ ਮੈਂ ਜਦੋਂ ਵੀਡੀਓ ਦੇਖੀ ਉਹ ਬੰਦਾ ਬਹੁਤ ਅਪਸੈਟ ਹੋਇਆ। ਉਹਨਾਂ ਦੀ ਰਿਕਾਰਡਿੰਗ ਵੀ ਵਾਇਰਲ ਹੋਈ ਹੈ ਭਾਨੇ ਸਿੱਧੂ ਨਾਲ। ਮੈਨੂੰ ਇੱਕ ਛੋਟੀ ਜਿਹੀ ਗੱਲ ਨਹੀਂ ਸਮਝ ਆਉਂਦੀ, ਕਿੱਧਰ ਨੂੰ ਚੱਲਿਆ ਇੰਡੀਆ, ਕਿੱਧਰ ਨੂੰ ਚੱਲਿਆ ਪੰਜਾਬ? ਕੋਈ ਰੂਲ ਰੈਗੂਲੇਸ਼ਨ ਹੀ ਹੈ ਨਹੀਂ ਆਪਸ 'ਚ। ਉਹ ਲੱਖਾ ਸਧਾਣਾ ਉਦੋਂ ਜੀ ਕਰਦਾ ਸਕੂਲਾਂ 'ਚ ਵੜ ਜਾਂਦਾ, ਕਦੇ ਕਾਲਜਾਂ 'ਚ ਵੜ ਜੂਗਾ, ਹੋ ਸਕਦਾ ਕੱਲ੍ਹ ਨੂੰ ਜਿਹੜੇ ਪੱਕਰੇ ਕੱਟਦੇ ਉੱਥੇ ਵੜ ਜੂਗਾ। ਮਤਲਬ ਕਿੱਦਾਂ ਯਾਰ, ਨੋ ਟ੍ਰੈਸਪਾਸਿੰਗ। ਫੋਰਨ 'ਚ ਦੇਖੇ ਕੋਈ ਡਰਾਈਵੇ 'ਤੇ ਆ ਕੇ ਬੋਲੇ ਤੁਹਾਡੇ, ਕੋਈ ਤੁਹਾਡਾ ਆਫਿਸ ਦੇ ਬਾਹਰ ਬੋਲ ਕੇ ਦੇਖੇ। ਹੁਣ ਭਾਨਾ ਸਿੱਧੂ ਇਹ ਵੀ ਗੁੰਡਾਗਰਦੀ ਅਤੇ ਬਦਮਾਸ਼ੀ 'ਤੇ ਉਤਰਿਆ ਹੋਇਆ, ਲੱਖਾ ਸਧਾਣਾ ਉਹ ਵੀ ਗੁੰਡਾਗਰਦੀ ਬਦਮਾਸ਼ੀ। ਇਹਨਾਂ ਨੇ ਪਾਸਟ ਕੀ ਹੈ, ਗੁੰਡੇ ਅਤੇ ਬਦਮਾਸ਼। ਜਿਹੜੇ ਗੁੰਡੇ ਅਤੇ ਬਦਮਾਸ਼ ਹੁੰਦੇ ਆ ਉਹਨਾਂ ਨੂੰ ਵੇ ਆਫ ਟਾਕਿੰਗ ਕਿੰਨੀ ਕੁ ਚੰਗੀ ਹੁੰਦੀ ਹੈ ਬੋਲਣੀ, ਇਹ ਤੁਹਾਨੂੰ ਵੀ ਪਤਾ ਅਤੇ ਸਾਨੂੰ ਵੀ ਪਤਾ। ਇਹ ਲੋਕਾਂ ਦੀ ਜ਼ਬਾਨ 'ਚ ਮਧੁਰਤਾ, ਮਿਠਾਸ, ਸਤਿਕਾਰ ਹੁੰਦਾ ਹੀ ਨਹੀਂ, ਬਸ ਫੜ ਲਓ, ਮਾਰ ਲਓ, ਭੰਦੋ, ਤੋੜ ਦਿਓ, ਸੋਧੇ ਲਾ ਦਿਓ, ਬਸ ਆਹੀ ਕੁਛ ਹੈ। ਇਹ ਸਾਡੇ ਨੌਜਵਾਨ ਪੀੜ੍ਹੀ ਨੂੰ ਸੰਸਕਾਰ ਦੇਣਗੇ। ਸੋ ਇਹਨੇ ਮੈਨੂੰ ਸਮਝ ਨਹੀਂ ਆ, ਭਾਨੇ ਸਿੱਧੂ ਨੇ ਇਹ ਚੱਕਿਆ ਭਾਨਾ ਵੀ ਜਿਹੜੇ ਲੋਕ ਏਜੰਟੀ ਆ ਜੀ, ਪੈਸੇ ਲੈਂਦੇ ਆ, ਨਿਆਣਿਆਂ ਨੂੰ ਬਾਹਰ ਨਹੀਂ ਭੇਜਦੇ ਆ, ਗਲਤ ਐਡਮਿਸ਼ਨ ਦਵਾ ਦਿੰਦੇ ਆ, ਕਿਉਂ ਨਿਆਣਿਆਂ ਦੀਆਂ ਅੱਖਾਂ ਬੰਦ ਆ, ਉਹਨਾਂ ਦੀ ਫੈਮਿਲੀ ਦੀਆਂ ਅੱਖਾਂ ਬੰਦ ਹੈ, ਜਿਹੜੇ ਲੋਕ ਗਲਤ ਤਰੀਕੇ ਨਾਲ ਏਜੰਟੀ ਦਾ ਕੰਮ ਕਰਦੇ ਆ। ਵੀ ਪੁਲਿਸ ਬੈਠੀ ਹੈ, ਕੰਮ ਕਰਨ ਦਿਓ ਪੁਲਿਸ ਨੂੰ, ਪੇਰੈਂਟਸ ਜਾਣ ਪੁਲਿਸ ਨੂੰ ਕੰਪਲੇਂਟ ਕਰਨ। ਲੋਕ ਵੀ ਤਾਂ ਕੈਨੇਡਾ, ਅਮੈਰੀਕਾ, ਇੰਗਲੈਂਡ ਪਿੱਛੇ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਆਸਟ੍ਰੇਲੀਆ ਪਿੱਛੇ ਇੰਨੇ ਅੰਨੇ ਹੋਏ ਪਏ ਆ ਕਿ ਉਹਨਾਂ ਨੂੰ ਪਤਾ ਲੱਗਦਾ ਕਿ ਬੰਦਾ ਹੁਣ ਸਾਹਮਣੇ ਵਾਲਾ ਉਹਨਾਂ ਨੂੰ ਧੋਖਾ ਦੇ ਰਿਹਾ। ਪਰ ਇਹ ਭਾਨਾ ਸਿੱਧੂ, ਲੱਖਾ ਸਧਾਣਾ, ਇਹਨਾਂ ਨੂੰ ਰਾਈਟ ਕਿਹਨੇ ਦਿੱਤਾ? ਇਹ ਕੋਈ ਪ੍ਰਧਾਨ ਮੰਤਰੀ ਦੀ ਪੋਸਟ ਹੈ, MLA, MP ਹੈ, ਕੌਣ ਹੈ ਇਹ? ਅੱਜ ਇਹ ਲੋਕ ਮਾਨ ਨਹੀਂ ਹੈ। ਦੇ ਗਾਈਸ, ਸਲੋਲੀ 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 ਇਹ ਪੋਲੀਟਿਕਸ ਦੇ ਵਿੱਚ ਐਂਟਰ ਕਰਨਗੇ। ਦੇ ਗਾਈਸ ਐਂਟਰ ਇਨ ਦਾ ਪੋਲੀਟਿਕਸ, ਵਾਈ? ਬਿਕੋਜ਼ ਉਹਨੂੰ MLA, MP ਦੀ ਸੀਟ ਚਾਹੀਦੀ ਆ। ਹੁਣ ਸੋਚੋ, ਜਿਹੜੇ ਇੰਨੀ ਗੁੰਡਾਗਰਦੀ ਬਦਮਾਸ਼ੀ ਹੁਣ ਕਿਸੇ ਅਹੁਦੇ 'ਤੇ ਨਹੀਂ ਆ, ਹੁਣ ਕਰ ਰਿਹਾ ਭਾਨਾ ਸਿੱਧੂ, ਇਹੋ ਜਿਹੇ ਪਾਗਲ ਸਰ ਫਿਰੇ ਬੰਦੇ ਨੂੰ ਜੇ ਕੋਈ ਅਹੁਦਾ ਮਿਲ ਗਿਆ, ਇਹ ਤਾਂ ਉਧੇੜ ਕੇ ਰੱਖ ਦੂਗਾ ਤੁਹਾਨੂੰ ਸਾਰਿਆਂ ਨੂੰ। ਸੋ ਬਈ, ਫਾਸਟ ਟਰੈਕ ਐਡਵਾਈਜ਼ਰ ਆ, ਜਦੋਂ ਅਗਲਾ ਸਾਰਿਆਂ ਕਹਿੰਦਾ ਮੈਂ ਆਪਣੀ ਕੰਸਟੀਟਿਊਸ਼ਨ ਫੀਸ 50,000 ਲੈਂਦਾ, ਜੋ ਵੀ ਉਹਦੀ ਸਲਾਹ ਲੈਣ ਦੀ ਉਹਦੀ ਫੀਸ ਐਡਵਾਈਜ਼ਰ ਦੀ, ਤਾਂ ਤੇਰੇ ਢਿੱਡ 'ਚ ਪੀੜਾਂ ਕਿਉਂ ਹੁੰਦੀਆਂ ਭਾਨੇ ਸਿੱਧੂ? ਖਾਮ ਨਾ ਖਾਮ, ਮੈਂ ਤਰ੍ਹਾਂ ਮੈਂ ਮਾਨ ਜਾ ਕੇ ਤੁਸੀਂ ਲੱਤਾਂ ਵਾੜ ਲੈਂਦੇ ਹੋ ਕਿਸੇ ਦੇ ਵਿੱਚ ਵੀ। ਸੋ ਮੈਂ ਤਾਂ ਹੈਰਾਨ ਹੈ ਕਿ ਪੰਜਾਬ ਪੁਲਿਸ ਨੂੰ ਇਸ ਚੀਜ਼ 'ਤੇ ਐਕਸ਼ਨ ਲੈਣਾ ਚਾਹੀਦਾ, ਵੀ ਕਿਸੇ ਨੂੰ ਕੋਈ ਰਾਈਟ ਨਹੀਂ ਹੈ ਕਿਸੇ ਦੇ ਆਫਿਸ ਦੇ ਬਾਹਰ ਜਾ ਕੇ ਬਕਵਾਸ ਕਰੇ, ਕੋਈ ਧਰਨੇ ਲਾ ਕੇ ਬਹਿ ਜੇ। ਨੋ 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 ਨੋ, ਕਾਨੂੰਨ ਨਾਮ ਦੀ ਇੱਕ ਚੀਜ਼ ਹੁੰਦੀ ਆ। ਜੇ ਤੁਹਾਨੂੰ ਲੱਗਦਾ ਫਾਸਟ ਟਰੈਕ ਵਾਲਿਆਂ ਨੇ ਕੋਈ ਗਲਤ ਕੰਮ ਕੀਤਾ, ਕਿਸੇ ਬੱਚੇ ਤੋਂ ਚੱਕਾ ਕੀਤਾ, ਪੈਸੇ ਦਿੱਤੇ ਆ, ਨਹੀਂ ਉਹ ਬੰਦਾ, ਭਾਈ ਪੁਲਿਸ ਨੂੰ ਜਾਓ ਨਾ, ਪੁਲਿਸ ਨੂੰ ਕੰਪਲੇਂਟ ਕਰੋ। ਮੈਂ ਭਾਨੇ ਸਿੱਧੂ ਦੀ ਰਿਕਾਰਡਿੰਗ ਸੁਣੀ, ਵੀ ਫਾਸਟ ਟਰੈਕ ਵਾਲੇ ਦੀ ਵੀ ਸੁਣੀ, ਦੋਨੋਂ ਰਿਕਾਰਡਿੰਗ ਰਿਲੀਜ਼ ਹੋਈਆਂ ਸੋਸ਼ਲ ਮੀਡੀਆ 'ਤੇ। ਇੰਨੀ ਅਪੱਧਰ ਗੰਦੀ ਲੈਂਗੁਏਜ ਭਾਨੇ ਦੀ, ਫਿਰ ਫਾਸਟ ਟਰੈਕ ਵਾਲੇ ਨੂੰ ਵੀ ਥੋੜ੍ਹਾ ਜਿਹਾ ਆਪਣੀ ਜ਼ਬਾਨ ਉੱਦਾਂ ਦੀ ਕਰਨੀ ਪਈ, ਕਰਨੀ ਪੈਂਦੀ ਹੈ। ਮੈਂ ਵੀ ਇੱਦਾਂ ਦੀ ਹਾਂ, ਜਦੋਂ ਕੋਈ ਸਤਿਕਾਰ ਨਾਲ ਗੱਲ ਕਰਦਾ ਸਤਿਕਾਰ ਨਾਲ ਕਰਦੇ, ਪਰ ਜਦੋਂ ਕੋਈ ਤਾਂ ਤੱਪੜ ਕਰੇ ਉਸ ਤੋਂ ਦੁੱਗਣੀ ਕਰੀਦੀ ਆ। ਜਦੋਂ ਉਹਨੂੰ ਪਤਾ ਲੱਗ ਜਾਵੇ ਵੀ ਜਨਾਨੀਆਂ ਵੀ ਕਿਸੇ ਨਾਲ ਘੱਟ ਨਹੀਂ ਆ, ਹੁਣ ਜਨਾਨੀਆਂ ਬਦਤਮੀਜ਼ੀਆਂ ਬਰਦਾਸ਼ਤ ਨਹੀਂ ਕਰਨਗੀਆਂ ਤੁਹਾਡੀਆਂ। ਸੋ ਮਾਂ ਭੈਣ ਦੀਆਂ ਗਾਲਾਂ ਖਾ ਕੇ ਮੁੜ ਕੇ ਭਾਨਾ ਸਿੱਧੂ, ਜਿਵੇਂ ਹੁੰਦਾ ਨਾ ਖੁਰਕਲ ਕੁੱਤੇ ਦੇ, ਜਦੋਂ ਕੋਈ ਲੱਤ ਮਾਰਦੇ ਵੀ ਕਿਤੇ ਮੈਨੂੰ ਨਾ ਵੱਢ ਲਿਓ, ਬੰਦਾ ਲੱਤ ਮਾਰ ਦਿੰਦਾ ਚਾਈ, ਐਂ ਭਾਨਾ ਸਿੱਧੂ ਚਾਈ ਕਰਕੇ ਚੁੱਪ ਹੋ ਗਿਆ। ਕੌਣ ਹੈ ਵੀ ਭਾਨੇ ਸਿੱਧੂ ਤੂੰ, ਜਿਹੜਾ ਤੂੰ ਇੰਨਾ ਗੰਦ ਪਾਇਆ, ਤੈਨੂੰ ਕਿਹਨੇ ਰਾਈਟ ਦਿੱਤਾ? ਸੋ ਕੀ ਹੋ ਗਿਆ ਸਾਡੇ ਪੰਜਾਬੀਆਂ ਨੂੰ? ਬਈ ਇਹ ਜੇ ਲੋਕਾਂ ਦਾ ਸੌਦਾ ਲਾਓ ਫੜ ਕੇ, ਜਦੋਂ ਲੋਕ ਬਦਮਾਸ਼ੀ ਕਰਦੇ ਢਾਲੋ ਇਹਨਾਂ ਨੂੰ,
ਚੰਗੀ ਤਰ੍ਹਾਂ ਇੱਕ ਵਾਰ ਸੋਧਾ ਲਾ ਦੋ, ਮੁੜ ਕੇ ਕਿਸੇ ਦਰਾਂ ਦੇ ਮੂਹਰੇ ਨਹੀਂ ਜਾਣਗੇ। ਉਹ ਤੁਹਾਡੇ ਨਾਲ ਭਾਣੇ ਤੇਰੇ ਨਾਲੋਂ ਚੰਗੇ ਤਾਂ ਭਿਖਾਰੀ ਆ, ਜਿਹੜੇ ਲੋਕਾਂ ਦੇ ਦਰ ਤੇ ਜਾ ਕੇ ਰਿਸਪੈਕਟ ਨਾਲ ਭੀਖ ਮੰਗਦੇ ਆ ਤੇ ਲੋਕ ਉਹਨਾਂ ਦੀ ਝੋਲੀ ਤੇ ਅਨਾਜ ਫਰੂਟ ਜਾਂ ਪੈਸਾ ਅੰਨ ਜਲ ਪਾ ਵੀ ਦਿੰਦੇ ਆ। ਤੂੰ ਬਦਮਾਸ਼ ਤੇ ਉੱਤਰ, ਤੂੰ ਸਰਿਆਮ ਗੁੰਡਾ ਕਰਦੀ ਬਦਮਾਸ਼ੀ ਹੈ ਕੌਣ ਆ? ਤੈਨੂੰ ਅਧਿਕਾਰ ਕਿਹਨੇ ਦਿੱਤਾ ਕਿਸੇ ਤੇ ਜਾ ਕੇ ਤੂੰ ਚੈੱਕ ਕਰੇ ਕਿ ਆ ਫਲਾਨਾ ਬਹੁਤ ਏਜੰਟ ਹੈ ਜਿਹੜੇ 2 ਨੰਬਰ ਦੀ ਏਜੰਟੀ ਕਰਦੇ, ਨੋ ਡਾਊਟ। ਪਰ ਤੂੰ ਕੌਣ ਹੈ? ਤੈਨੂੰ ਕਿਹਨੇ ਕਿਹਾ ਵੀ ਤੂੰ ਰੋਕ ਲਏਂਗਾ ਉਹਨਾਂ ਨੂੰ ਇੱਦਾਂ ਕਰਕੇ? ਲੱਖਾ ਸਦਾਣਾ ਉਹ ਵੀ ਗਲਤ ਕੰਮ ਕਰ ਰਿਹਾ, ਕਾਨੂੰਨ ਦੇ ਵਿਰੁੱਧ ਆ। ਕੈਨੇਡਾ ਆ ਜਾਓ, ਇੱਥੇ ਅਮਰੀਕਾ ਆ ਜਾਓ, ਇੱਥੇ ਕਰਕੇ ਦੇਖੋ ਇਹ ਲੱਛਣ। ਜਾਓ ਕਿਸੇ ਦਫ਼ਤਰ ਦੇ ਬਾਹਰ, ਜਾਓ ਕਿਸੇ ਦੇ ਘਰ ਦੇ ਬਾਹਰ। ਪਹਿਲੇ ਤੁਹਾਨੂੰ ਪੁਲਿਸ ਨੇ ਵਾਰਨਿੰਗ ਦੇਣੀ ਹੈ ਕਿ ਨੈਕਸਟ ਟਾਈਮ ਨੋ ਟ੍ਰੈਸਪਾਸਿੰਗ, ਇੱਥੇ ਦਿਖਣਾ ਨਹੀਂ ਚਾਹੀਦਾ, ਦੂਜੀ ਵਾਰ ਚੱਕ ਕੇ ਮਾਰਨਗੇ ਅੰਦਰ। ਆਹੀ ਪ੍ਰੋਬਲਮ ਆ ਕਿ ਸਾਡੇ ਇੰਡੀਆ ਦੇ ਕਾਨੂੰਨ ਬਹੁਤ ਢਿੱਲੇ ਆ, ਸਾਡੇ ਪੰਜਾਬ ਦੇ ਕਾਨੂੰਨ ਬਹੁਤ ਢਿੱਲੇ ਆ, ਉਹਦੇ ਕਰਕੇ ਇਹ ਲੋਕ ਇੱਦਾਂ ਫਾਇਦਾ ਚੱਕਦੇ ਆ। ਕਿੰਨੀ ਸ਼ਰਮ ਦੀ ਤੇ ਮਾੜੀ ਗੱਲ ਆ, ਅੱਜ ਭਾਨਾ ਸਿੱਧੂ ਲੱਖੇ ਸਿਧਾਣੇ ਵਰਗੇ ਇੱਦਾਂ ਦੇ ਗੁੰਡੇ ਮੂਹਰੇ ਆ ਗਏ, ਕੱਲ੍ਹ ਨੂੰ 4 ਹੋਰ ਆ ਜਾਣਗੇ। ਬਸ ਡਰ ਜਾਓ ਜਨਤਾ, ਫਿਰ ਤਾਂ ਤੁਸੀਂ ਡਰ ਜਾਓ, ਡਰ ਕੇ ਗੁੱਟਨੇ ਟੇਕ ਦਿਓ। ਤੁਹਾਨੂੰ ਕੀ ਪਤਾ ਕੱਲ੍ਹ ਨੂੰ ਇਹ ਭਾਨਾ ਸਿੱਧੂ ਲੱਖਾ ਸਿਧਾਣਾ ਚੋਲਾ ਪਾ ਕੇ ਬਹਿ ਜਾਏ।